ਨਵੇਂ ਕਾਨੂੰਨਾਂ ਦੇ ਚੱਲਦੇ ਕੇਂਦਰ ਸਰਕਾਰ ਦੇ ਖਿਲਾਫ ਟਰੱਕ ਡਰਾਈਵਰਾਂ ਦਾ ਗੁੱਸਾ ਫੁੱਟਿਆ। ਅੰਮ੍ਰਿਤਸਰ ਗੁਰਦਾਸਪੁਰ ਜੰਮੂ ਹਾਈਵੇ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਟਰੱਕ ਡਰਾਈਵਰਾਂ ਵੱਲੋਂ। ਤਸਵੀਰਾਂ ਤੁਹਾਡੇ ਸਾਹਮਣੇ ਉੱਥੇ ਹੀ। ਟਰੱਕ ਡਰਾਈਵਰਾਂ ਵੱਲੋਂ ਉੱਥੇ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਅੱਗੇ ਸਮਾਂ ਹੋਰ ਮੁਸ਼ਕਿਲ ਭਰਾ ਹੋਏਗਾ। ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਜਗ੍ਹਾ ਜਗ੍ਹਾ 'ਤੇ ਪੈਟਰੋਲ ਪੰਪਾਂ 'ਤੇ ਵੱਡੀਆਂ ਵੱਡੀਆਂ ਲਾਈਨਾਂ ਲੱਗ ਗਈਆਂ ਨੇ। ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪ੍ਰਦਰਸ਼ਨਕਾਰੀਆਂ ਦਾ ਇਸ ਮੌਕੇ 'ਤੇ ਕੀ ਕੁਛ ਕਹਿਣਾ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ। ਸਰ ਅੱਜ ਸਰਬਜੀਤ ਸਿੰਘ ਮੇਰਾ ਨਾਂ ਜੀ। ਜੋ ਅਸੀਂ ਇਹ ਕਾਲੇ ਕਾਨੂੰਨ ਵਾਸਤੇ ਧਰਨਾ ਲਾਇਆ, ਜੋ BJP ਸਰਕਾਰ ਨੇ ਸਾਡੇ ਹੱਥ ਲਾਇਆ ਵਾ, ਅਸੀਂ ਉਹਨੂੰ ਵਿਰੋਧ ਕਰਦੇ ਹਾਂ, ਉਹਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ। ਜਲਦੋ ਜਲਦੀ ਰੱਦ ਕੀਤਾ ਜਾਵੇ। ਜੋ ਅਸੀਂ ਡਰਾਈਵਰ ਏਕਤਾ, ਅਸੀਂ ਉਹਨਾਂ 'ਚ ਕੋਈ ਗੱਡੀ ਨਹੀਂ ਚਲਾਵਾਂਗੇ, ਸਭ ਗੱਡੀਆਂ ਜਾਮ ਚੱਕੇ ਜਾਮ ਕਰਾਂਗੇ, ਕੋਈ ਖਾਣ ਪੀਣ ਦਾ ਸਮਾਨ ਨਹੀਂ ਪਹੁੰਚੇਗਾ। ਅਸੀਂ ਅੱਜ ਤਾਂ ਇੱਕ ਸਾਈਡ ਡੱਕੀ ਆ, ਗੱਡੀਆਂ ਡੱਕੀਆਂ ਨੇ, ਕੱਲ੍ਹ ਨੂੰ ਅਸੀਂ ਬੱਸਾਂ ਵੀ ਡੱਕਣੀਆਂ ਜੀ। ਅਸੀਂ ਸਾਰੀ ਚੀਜ਼ਾਂ ਰੋਕ ਦੇਣੀਆਂ ਨੇ, ਜੋ ਇਹਦਾ ਸਾਡਾ ਸਾਥ ਦਿੱਤਾ ਜਾਵੇ ਹਰ ਬੰਦੇ ਨੂੰ। ਅਸੀਂ ਕਿਸਾਨ ਯੂਨੀਅਨ ਵੀ ਕਹਿੰਦੇ ਸਾਡਾ ਸਾਥ ਦੇਵੋ, ਸਾਡੇ ਨਾਲ ਆਵੋ, ਅਸੀਂ ਵੀ ਤੁਹਾਡੇ ਨਾਲ ਹਾਂ, ਤੁਸੀਂ ਵੀ ਸਾਡਾ ਸਾਥ ਦਿਓ। ਜੋ ਅਸੀਂ ਸਰਕਾਰਾਂ ਨੂੰ ਕਹਿੰਦੇ ਹਾਂ, ਇਹ ਕਾਨੂੰਨ ਨੂੰ ਜਲਦ ਤੋਂ ਜਲਦੀ ਰੱਦ ਕੀਤਾ ਜਾਵੇ, ਨਹੀਂ ਤਾਂ ਸਾਡੀ ਜੇ ਡਰਾਈਵਰਾਂ ਦੀ ਆਤਮਾ ਭੜਕੀ ਤਾਂ ਫਿਰ ਮੁੜ ਕੇ ਇਹਨਾਂ ਪਛਤਾਉਣਾ। ਇਹਨਾਂ ਨੂੰ ਖਾਣ ਪੀਣ ਦਾ ਸਮਾਨ ਕੀ, ਇਹਨਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲਣਾ। ਜਿਹਦੇ ਹਿਸਾਬ ਨਾਲ ਮਹਿਕਮਾ ਰੁਕ ਗਿਆ, ਡਰਾਈਵਰ ਹੀ ਅੱਜ ਤੱਕ ਚੀਜ਼ਾਂ ਪਹੁੰਚਾਉਂਦੇ ਨੇ ਦੂਰ ਤੱਕ। ਇਹ ਆਪਣੇ ਭੁਲੇਖੇ 'ਚ ਵੀ ਟ੍ਰੇਨਾਂ 'ਤੇ ਆਉਣ ਡਿਆ, ਟ੍ਰੇਨਾਂ 'ਤੇ ਨਹੀਂ ਆਉਂਦਾ, ਟ੍ਰੇਨਾਂ 'ਤੇ ਆਉਂਦਾ ਤਾਂ ਅੱਗੋਂ ਡਰਾਈਵਰ ਹੀ ਖਾਂਦੇ ਨੇ। ਜੇ ਡਰਾਈਵਰ ਗੱਡੀ ਨਹੀਂ ਚਲਾਏਗਾ ਤਾਂ ਕੀ ਗੱਲ, ਆਪਣੇ ਘਰਾਂ ਨੂੰ ਇਹ ਸਮਾਨ ਕਰਦੇ ਸਿਰਾਂ ਚੁੱਕ ਕੇ ਖਾਣਗੇ। ਜੋ ਇਹਨਾਂ ਦੀ ਟੈਕਸੀ ਜਾਂ ਗੱਡੀਆਂ ਨੇ ਘਰਾਂ ਤੋਂ ਕਾਰ ਲੈ ਕੇ, ਉਹ 'ਚ ਵੀ ਤਾਂ ਡਰਾਈਵਰ ਹੀ ਹੈ। ਕਾਨੂੰਨ ਸਭ ਵਾਸਤੇ ਇੱਕ ਹੈ, ਡਰਾਈਵਰ ਟਰੱਕਾਂ ਵਾਲਿਆਂ ਦੇ, ਬੱਸਾਂ ਵਾਲਿਆਂ ਨੂੰ, ਟੈਕਸੀ ਵਾਲਿਆਂ ਨੂੰ, ਟਰੈਕਟਰ ਟਰਾਲੀ ਨੂੰ, ਟੈਂਪੂ ਵਾਲੇ ਨੂੰ, ਤੁਸੀਂ ਮੋਟਰਸਾਈਕਲ ਵਾਲੇ ਨੂੰ, ਸਭ ਦਾ ਕਾਨੂੰਨ ਇੱਕ ਹੈ। ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ, ਨਹੀਂ ਤਾਂ ਅਸੀਂ ਏਕਤਾ ਕਰ ਲਿਆ ਤਾਂ ਅਸੀਂ ਕੋਈ ਗੱਡੀ ਰੋਡ 'ਤੇ ਨਹੀਂ ਚਲਾਉਣੀ, ਨਾ ਕਿਸੇ ਡਰਾਈਵਰ ਨੇ ਅਸੀਂ ਲਾਇਸੈਂਸ ਤੋੜ ਕੇ ਸੁੱਟ ਦੇਣੇ ਆ। ਅਸੀਂ 2-4 ਦਿਨ ਵੇਖਣਾ। ਭਾਜੀ ਜੁਰਮਾਨਾ ਸਾਨੂੰ 5 ਲੱਖ ਰੁਪਈਆ, 10 ਸਾਲ ਦੀ ਸਜ਼ਾ ਹੈ, 5 ਲੱਖ ਜੁਰਮਾਨਾ ਵਾ। ਵੇਖੋ ਦੂਜੇ ਇੱਥੇ ਡਰਾਈਵਰ ਵੇਖ ਲਓ, ਇਹਨਾਂ ਦੀ ਪ੍ਰੋਪਰਟੀ ਚੈੱਕ ਕਰ ਲਓ, ਜਿੰਨੇ ਡਰਾਈਵਰ ਖੜੇ ਆ ਕਿਸੇ ਕੋਲ 5 ਲੱਖ ਹੈਗਾ, ਇਹਨਾਂ ਦੀ ਜੇਬ 'ਚ ਵੀ ਆਏ ਵੇਖੀ ਤਾਂ 100-200 ਹੋਣਾ। ਕਈ ਡਰਾਈਵਰ ਇੱਦਾਂ ਦੇ ਜਿਹਨਾਂ ਦਾ ਚੱਕਰ ਲਾ ਕੇ ਚੁੱਲ੍ਹਾ ਬਲਦਾ, ਚੱਕਰ ਲਾ ਕੇ ਰੋਟੀ ਖਾਂਦੇ ਨੇ ਵਿਚਾਰੇ, ਘਰ ਨੂੰ ਰੋਟੀ ਵੀ ਖਾਂਦੇ ਨੇ, ਉਹ ਫਿਰ ਚੱਕਰ ਲੱਗੇਗਾ। ਦੇ ਉਹਨਾਂ ਨੇ ਸਰਕਾਰ ਨੇ ਕੀ ਸੋਚਿਆ ਵਾ, ਕਿ ਸਰਕਾਰ ਨੇ ਇਹ ਤਾਂ ਸੋਚਿਆ ਨਹੀਂ ਵੀ ਡਰਾਈਵਰ ਨੂੰ ਕੋਈ ਬੀਮਾ ਕਰ ਦਈਏ। ਡਰਾਈਵਰ ਮਰ ਜਾਂਦਾ ਰੋਡ 'ਤੇ, ਤੜਪ ਤੜਪ ਕੇ ਜਾਨ ਨਿਕਲ ਜਾਂਦੀ ਆ, ਉਹਨੂੰ ਚੁੱਕਣ ਤਾਂ 3 ਘੰਟੇ ਬਾਅਦ 'ਚ ਆਉਂਦੇ ਨੇ। ਉਹਦੇ ਵਾਸਤੇ ਕੋਈ ਜੇ ਕਾਰ ਵਾਲਾ ਵੱਜ ਜਾਂਦਾ ਨਾਲ, ਤਾਂ ਘੰਟੇ ਦੇ ਉੱਥੇ ਸਾਰੇ ਮੁਲਾਜ਼ਮ ਆ ਜਾਂਦੇ ਨੇ, ਆ ਕੇ ਟਰੱਕ ਦਾ ਕਸੂਰ ਕੱਢਦੇ ਨੇ। ਕਿਉਂ, ਜਿਹੜਾ ਆਲ ਇੰਡੀਆ ਟਰੱਕ ਚੱਲਣ ਵਾਲਾ, ਉਹ ਗਲਤੀ ਕਦੇ ਨਹੀਂ ਕਰੇਗਾ। ਉਹ ਇੱਕ ਕੀੜੀ ਵੀ ਪਹੁੰਚਾਉਂਦਾ ਰੋਡ 'ਤੇ ਵੀ ਮੈਂ ਬ੍ਰੇਕ ਮਾਰ ਕੇ ਬਚਾਵਾਂ, ਹੁਣ ਕਾਰ ਵਾਲਾ ਗਲਤ ਆ ਕੇ ਚੱਲ ਕੇ ਵਿੱਚ ਵੱਜੇਗਾ, ਤਾਂ ਡਰਾਈਵਰ ਉੱਤਰ ਕੇ ਕੀ ਦੱਸੇਗਾ ਉਹਨੂੰ ਵੀ ਵਿੱਚ ਨਾ ਮਾਰੀ, ਕਿ ਮੇਰੇ 5 ਲੱਖ ਦਾ ਜੁਰਮਾਨਾ ਵਾ। ਇਹਦੇ ਫਿਰ ਕਾਰਾਂ ਵਾਲਿਆਂ ਦਾ ਕੰਮ ਹੋ ਗਿਆ, 50,000 ਦੀ ਕਾਰ ਲਈ, ਆ ਕੇ ਟਰੱਕ ਦਾ ਬਸਾਤੀ ਵੀ ਕੋਈ ਨਹੀਂ, 2 ਲੱਖ ਤਾਂ ਲੈ ਹੀ ਲੈਣਾ, ਤੂੰ 5 ਲੱਖ ਜੁਰਮਾਨਾ ਪੈਣਾ ਇਹਨੂੰ। ਹੁਣ ਤਾਂ ਸਾਡੀ ਸਗੋਂ ਮੌਤ ਛੇੜਤੀ ਇਹਨਾਂ ਨੇ, ਇਹ ਸਰਕਾਰ ਨੇ ਸਾਡੀ ਮੌਤ ਛੇੜੀ ਏ, ਸਾਡਾ ਫਾਇਦਾ ਨਹੀਂ ਕੀਤਾ। ਪਰ ਇਹ ਸਰਕਾਰਾਂ ਨੂੰ ਇਹੋ ਜਿਹੀ ਸਰਕਾਰ ਮਾਰਾ ਕੇ ਅਰਦਾਸ ਕਰਦੇ ਹਾਂ, ਇਹੋ ਜਿਹੀ ਸਰਕਾਰ ਸਾਨੂੰ ਨਾ ਚਾਹੀਦੀ ਆ, ਅਤੇ ਨਾ ਰੱਬ ਲਿਆਵੇ। ਇਹ ਕਾਨੂੰਨ ਨਹੀਂ ਪਾਸ ਰੱਦ ਕੀਤਾ ਜਾਵੇ, ਇਹ ਕਾਨੂੰਨ ਨੂੰ, ਨਹੀਂ ਤਾਂ ਡਰਾਈਵਰਾਂ ਏਕਤਾ ਕਰ ਲਿਆ, ਕਿਸ ਸਰਕਾਰ ਨੂੰ ਵੋਟ ਨਹੀਂ ਦਿਆਂਗੇ। ਜਿਹੜੀ ਵੀ ਸਰਕਾਰ ਹੈਗੀ, ਅਸੀਂ ਏਕਤਾ ਕਰ ਲਿਆ, ਨਾ ਸਾਡੇ ਘਰਾਂ 'ਚੋਂ ਵੋਟ ਦੇਗੀ, ਕੋਈ ਸਰਕਾਰ ਨੂੰ ਡਰਾਈਵਰ ਕੋਈ ਵੋਟ ਨਹੀਂ ਦੇਗਾ ਜਿਹਦੇ ਕਾਨੂੰਨ ਰੱਦ ਨਹੀਂ ਕੀਤਾ ਜਾਏਗਾ। ਸਾਡੀ ਰਨ ਇਹ ਆ ਕਿ ਅਸੀਂ ਵੱਧ ਤੋਂ ਵੱਧ ਭਾਜੀ ਵਿਰੋਧ ਕਰਾਂਗੇ, ਜਿਹਨਾਂ 'ਤੇ ਕਾਨੂੰਨ ਰੱਦ ਨਹੀਂ ਹੋਏਗਾ, ਅਸੀਂ ਕੋਈ ਰੋਡ 'ਤੇ ਗੱਡੀ ਨਹੀਂ ਚਲਾਉਣੀ। ਅਸੀਂ ਸਿੱਧਾ ਕਹਿ ਤਾ ਸਾਫ, ਕੋਈ ਗੱਡੀ ਨਹੀਂ ਚੱਲੇਗੀ ਰੋਡ 'ਤੇ। ਹਾਂਜੀ, ਧੰਨਵਾਦ।